ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜਿਹੜੀ ਹੈਗੀ ਆ ਸਾਹਿਬ ਸ਼ਾਂਤੀ ਨੂੰ ਦੇਖਭਾਲ ਕਰ ਰਹੀ ਹੈ। ਪਿੰਡ ਦਾ ਮੈਂ ਦੇਖਿਆ ਬਹੁਤ ਹੀ ਸੋਹਣਾ, ਇਹਨਾਂ ਨੂੰ ਫੈਸਲਾ ਕੀਤਾ ਗਿਆ ਕਿ ਸਾਂਝੇ ਤੌਰ ਦੇ ਉੱਤੇ ਇਹਨਾਂ ਨੇ ਸੇਵਾ ਸ਼ੁਰੂ ਕੀਤੀ ਪਿੰਡ ਦੇ ਵਿੱਚ, ਸਾਰੇ ਗੁਰਦੁਆਰਾ ਸਾਹਿਬ ਨਾਲ ਲੜ ਕੇ ਅਤੇ ਲੰਗਰ ਜਿਹੜਾ ਆ ਇਤਿਹਾਸ ਗੁਰਦੁਆਰਾ ਪੰਜਪਾਛੀ ਵਾਲੇ ਦੇ ਵਿੱਚ ਦਾ ਉੱਥੇ ਪੰਜਾਂ ਪੀਰਾਂ ਤੋਂ ਬੁਲਾਇਆ ਜਾਂਦਾ ਹੈਗਾ। ਸਾਰੇ ਗੁਰਦੁਆਰਿਆਂ ਦੇ ਵਿੱਚ ਲੋੜਵੰਦ ਨੂੰ ਉਹ ਦਿੱਤਾ ਜਾਂਦਾ ਹੈਗਾ। ਤਿੰਨੀ ਜਿਹੜਾ ਫੈਸਲਾ ਕੀਤਾ ਹੈ ਬੜਾ ਸ਼ਲਾਘਾ ਯੋਗ ਹੈਗਾ। ਅਤੇ ਜਦ ਤੱਕ ਵੀ ਕਹਿੰਦੇ ਆਹ ਲੋਕਡਾਊਨ ਰਹੂਗਾ ਜਾਂ ਐਮਰਜੈਂਸੀ ਰਹੂਗੀ ਜਾਂ ਵਾਰ ਦੀ ਸਮੱਸਿਆ ਰਹੂਗੀ, ਉਹਨਾਂ ਚੱਲ ਇਹਨਾਂ ਨੇ ਇੱਕ ਸੇਵਾ ਕਰਨੀ ਹੈਗੀ ਆ। ਅਤੇ ਤਕਰੀਬਨ ਪਿੰਡ ਦੇ ਸਾਰੇ ਕਾਫੀ ਸਹਿਯੋਗ ਦੇ ਰਹੇ ਹੈਗੇ ਆ, ਬਾਹਰੋਂ ਜਿਹੜੇ ਵੀਰ ਆਏ ਆ ਉਹ ਵੀ ਆਪਣਾ ਯੋਗਦਾਨ ਪਾ ਰਹੇ ਹੈਗੇ। ਇਹ ਕਾਰਨ ਆਪਾਂ ਖੁਸ਼ੀ ਕਰੀਏ ਵੀ ਸਰਕਾਰ ਦਾ ਸਹਿਯੋਗ ਦੇਈਏ, ਘਰਾਂ ਵਿੱਚ ਹੀ ਰਹੀਏ। ਬੜੀ ਇਹ ਵੱਡੀ ਸਮੱਸਿਆ ਵੀ ਬਣ ਸਕਦੀ ਜਿਹਨਾਂ ਕੰਟਰੀਆਂ ਨੇ ਇਹ ਪਹਿਲਾਂ ਇਹ 'ਤੇ ਧਿਆਨ ਨਹੀਂ ਦਿੱਤਾ ਹੈਗਾ। ਅਤੇ ਉੱਥੇ ਤੀਵਨ ਤੀਵਨ ਹਜ਼ਾਰਾਂ ਤਲਾਦ 'ਚ ਉਹ ਜਿਹੜੇ ਲੋਕ ਮਰ ਰਹੇ ਹੈਗੇ ਆ। ਅਤੇ ਜਿਹੜੀ ਆਪਾਂ ਬੇਨਤੀ ਕਰਨੀ ਹੈਗੀ ਆ ਨਾ, ਆਪਾਂ ਆਪਣੀ ਸਿਹਤ ਦਾ ਖਿਆਲ ਰੱਖਣਾ ਹੈਗਾ। ਪਿੰਡ ਜਿੱਦਾਂ ਮੈਂ ਰਲ ਕੇ ਹੈ ਕੀਤਾ, ਮੈਂ ਤਾਂ ਪਿੰਡਾਂ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ, ਸਾਡੇ ਗਿਆਨੀ ਸਾਹਿਬ ਵੀ ਹੈਗੇ ਆ, ਪ੍ਰਬੰਧਕ ਹੈਗੇ ਸਾਡੇ, ਇਹ ਬਾਕੀ ਕਮੇਟੀ ਦੇ ਸੇਵਾਦਾਰ ਹੈਗੇ ਆ, ਆਦਮ ਜਲਵਾਏ ਸੇਵਾ ਕਾਰਨ ਸੇਵਾ ਦੇਣੀ ਹੈਗੀ ਆ, ਬਹੁਤ ਹੀ ਸੋਝੇ ਹੋਏ ਸਿੰਘ ਹੈਗੇ ਆ। ਉਹੀ ਕਰੀਏ ਆਪਾਂ ਰਲ ਮਿਲ ਕੇ ਪਿੰਡ ਨੂੰ ਸਫਾਈ ਦਾ ਪ੍ਰਬੰਧ ਰੱਖੀਏ। ਜੇ ਚੰਗੀ ਸਫਾਈ ਹੋਵੇਗੀ ਤਾਂ ਬਾਹਰ ਲੋਕ ਜ਼ਿਆਦਾ ਹੋਣਗੇ, ਜ਼ਿਆਦਾ ਹੋਣਗੇ ਤਾਂ ਕੁਛ ਨਾ ਕੁਛ 10-20-50 ਹਜ਼ਾਰ ਦੇ ਕੇ ਜਾਣਗੇ। ਅਤੇ ਆਪਾਂ ਕੋਸ਼ਿਸ਼ ਕਰੀਏ, ਇਹ ਵੱਡੀ ਇੰਡਸਟਰੀ ਸਾਡੀ ਹੈਗੀ ਆ, ਸਫਾਈ ਦਾ ਹੋਵੇ ਪ੍ਰਬੰਧ, ਅਤੇ ਬਾਹਰੋਂ ਲੋਕਾਂ ਨੂੰ ਵੱਡੀ ਪੱਧਰ 'ਤੇ ਆਉਣਾ ਹੈਗਾ। ਆਓ ਆਪਾਂ ਆਪਣੇ ਘਰਾਂ 'ਚ ਰਹੀਏ, ਅਤੇ ਕੋਸ਼ਿਸ਼ ਕਰੋ ਬਾਹਰੋਂ ਵੀ ਲੋਕ ਤੁਹਾਡੇ ਰਿਸ਼ਤੇਦਾਰ ਵੀ ਘੱਟ ਆਉਣ, ਜਿਹੜੇ ਤੁਹਾਡੇ ਆਪਣੇ ਟੂਆ ਵੀ ਹੈਗੇ ਆ, ਸਿੰਪਲ ਕਰੀਏ। ਗੁਰਦੁਆਰੇ ਵਿੱਚ ਮੈਂ ਦੇਖਿਆ ਕਿ ਸਾਰਿਆਂ ਦੀ ਇਹ ਕਮੇਟੀਆਂ ਸਾਡੇ ਇਲਾਕੇ ਦੀਆਂ ਬਹੁਤ ਸੁਣਨਾ ਚੱਲ ਰਹੀਆਂ। ਮੈਂ ਦੇਖਿਆ ਗੋਬਰਾਂ ਵਾਲਾ ਹੋਰ ਪਿੰਡਾਂ ਲੱਗਿਆ, ਜਿਵੇਂ ਜਿਵੇਂ ਆਪਣੇ ਸਾਰੇ ਪਿੰਡਾਂ 'ਚ ਹੁਣ ਬਾਹਰਲੀਆਂ ਕਾਰਾਂ ਜਿਹੜੇ ਰੁਕਦੇ ਹੈਗੇ ਆ, ਇੱਥੇ ਵੀ ਰੁਕਦੇ ਹੈਗੇ ਆ। ਇਹ ਸੋਹਣਾ ਉੱਦਾਂ ਕਹਿੰਦੇ ਅਤੇ ਲੋਕਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੈਗਾ, ਤਾਂ ਜੋ ਆਪਾਂ ਜਿਹੜਾ ਹੈਗਾ ਆ ਆਪਣਾ ਬਚਾਅ ਕਰ ਸਕੀਏ, ਆਪਣੇ ਰਿਸ਼ਤੇਦਾਰਾਂ ਦਾ ਬਚਾਅ ਕਰ ਸਕੀਏ, ਅਤੇ ਸਾਰੇ ਪੰਜਾਬੀਆਂ ਦਾ ਸਾਰੀ ਮਨੁੱਖਤਾ ਦਾ ਬਚਾਅ ਕਰਦੇ ਹੋਏ ਆਪਾਂ ਆਪਣਾ ਵੀ ਜੀਵਨ ਸਫਲਾ ਕਰ ਸਕੀਏ, ਆਪਣੇ ਪਰਿਵਾਰ ਨੂੰ ਬਚਾ ਸਕੀਏ। ਬਹੁਤ ਸੋਹਣਾ ਉਦਮੇ ਛਾਕਣ ਵਾਸੀਆਂ ਦਾ, ਅਤੇ ਬਾਕੀ ਪਿੰਡਾਂ ਦੇ ਵੀ ਸਾਰਿਆਂ ਨੂੰ ਇਹੀ ਸਾਡੇ ਨਾਲ ਬੇਨਤੀ ਹੈਗੀ ਆ ਕਿ ਉਹ ਵੀ ਆਪਣੇ ਪਿੰਡ ਦੇ ਪੜਨੈਸ ਪ੍ਰੋਟ ਕੇ ਜਿਹੜੀ ਸਮਾਜ ਵਿੱਚ ਸਾਡੇ ਕਈ ਵਾਰ ਨੀਵੀਆਂ ਪੁਰਜੀਆਂ ਤਾਂ ਕਹਿੰਦੇ ਹਾਂ, ਉਹ ਸਿੱਖੀ 'ਚ ਉਹਨਾਂ ਨੂੰ ਕੋਈ ਥਾਂ ਨਹੀਂ। ਅਤੇ ਮੇਰੇ ਗੁਰਦੁਆਰੇ ਵਿੱਚ ਕਦੀ ਵੀ ਕਿਸੇ ਤਰ੍ਹਾਂ ਦਾ ਵੀ ਇੱਥੇ ਬਦਲਾਅ ਨਹੀਂ ਕੀਤਾ ਜਾਂਦਾ ਹੈਗਾ, ਸਾਰੀਆਂ ਕਮੇਟੀਆਂ ਗੁਰਦੁਆਰੇ ਸੇਵਾ ਲੈ ਰਹੀਆਂ ਹੈਗੀਆਂ। ਬਾਕੀ ਗੁਰਦੁਆਰਾ ਸਾਹਿਬ ਜੀ ਜਿਹੜਾ ਜੇ ਤਾਂ ਸਾਡੀਆਂ ਖੁਸ਼ੀਆਂ ਲੈਣੀਆਂ, ਫਿਰ ਤਾਂ ਆਪਾਂ ਨੂੰ ਸਤੂ ਦੇ ਵਚਨ ਮੰਨਣੇ ਪੈਣੇ, ਅਤੇ ਜੇ ਆਪਾਂ ਆਪਣੀ ਮਰਜ਼ੀ ਕਰਨੀ ਆ ਫਿਰ ਉਹ ਗੁਰਦੁਆਰੇ 'ਚ ਖੰਡ ਪਾਠ 'ਚ ਬਹਿਣ ਦਾ ਮੱਥਾ ਟੇਕਣ ਦਾ ਫਾਇਦਾ ਹੈ ਨਹੀਂਗਾ। ਅਤੇ ਆਪਾਂ ਸਾਰੀ ਕੋਸ਼ਿਸ਼ ਕਰੀਏ, ਕੋਈ ਨੀਵਾਂ ਨਹੀਂ, ਕੋਈ ਵੱਡਾ ਨਹੀਂ, ਕੋਈ ਜਾਤ ਦੀ ਗੱਲ ਨਹੀਂ ਹੈਗੀ। ਜਿਹੜਾ ਵੀ ਬੰਦਾ ਇਹ ਸੋਚਦਾ ਹੈਗਾ ਉਹ ਸਦਾ ਸਮਾਂ ਤੋਂ ਸਦਾ ਕਿ ਉਹ ਸਿੱਖੇ ਨਹੀਂ ਸਮਝਦੇ। ਅਤੇ ਆਪਾਂ ਰਲ ਮਿਲ ਕੇ ਸਾਰਿਆਂ ਦੀ ਕਮੂਨੀ ਜਿਹੜੀ ਸਾਡੀ ਕਿਸੇ ਕਾਰਨ ਕਰਕੇ ਸਾਡੇ ਪਿੱਛੇ ਰਹਿ ਗਈ ਹੈ, ਉਹਨੂੰ ਆਪਾਂ ਬਰਾਬਰ ਲੈ ਕੇ ਆਉਣਾ ਹੈਗਾ। ਹਰੇਕ ਸਿੱਖ ਦੀ ਡਿਊਟੀ ਆ, ਪੰਜ ਸਿੰਘ ਧਰਮ ਪਿੱਛੋਂ ਤਾਂ ਉਦੋਂ ਵੀ ਬੇਨਤੀ ਕਰਦੇ ਹੁੰਦੇ ਆ ਵੀ ਤੂੰ ਜੇ ਕੋਈ ਵੀ ਸਾਡੇ ਤੋਂ ਲਾਗੇ ਲੋੜਵੰਦ ਲੱਗਦਾ ਅਤੇ ਉਹਦਾ ਜਿਹੜਾ ਹੈਗਾ ਆ ਵੀ ਉਹਨੂੰ ਤੁਸੀਂ ਉਹਦੀ ਹੈਲਪ ਕਰਨੀ ਹੈ, ਤੁਸੀਂ ਸਬੰਧ ਆਪਣਾ ਉੱਤੇ ਖੜਨਾ ਹੈਗਾ। ਅਤੇ ਮੈਂ ਦੇਖਿਆ ਪਿੰਡ ਦੇ ਵਿੱਚ ਜਿਹੜੇ ਅਸੀਂ ਉੱਦੋਂ ਕੀਤਾ ਹੈਗਾ, ਆਉਣ ਵਾਲੇ ਸਮੇਂ 'ਤੇ ਅਸੀਂ ਇਤਰਾਸ ਰੱਖਦੇ ਹੈਗੇ ਹਾਂ ਸਾਰੇ ਕਿਸੇ ਕੋਈ ਗਤਕਾਰ ਗੱਲ ਬਹਿਤਾ ਸਿੱਖ ਸਮਝੇ ਸਾਰਾ ਸੋਚ ਵੀ ਲੱਭਦੇ ਨਾ ਸਮਝ ਲਓ ਕਿ ਸਭ ਉਹਦੇ ਆਪਣਾ ਹੱਥ ਚੱਕ ਲਿਆ, ਉੱਥੇ ਕੋਈ ਬਖਸ਼ਿਸ਼ ਨਹੀਂ ਹੁੰਦੀ ਹੈਗੀ। ਅਤੇ ਆਪਾਂ ਭੈ ਭਾਵ ਨਹੀਂ ਚੱਲਣਾ ਹੈਗਾ, ਅਤੇ ਸਤਿਗੁਰੂ ਨੇ ਸਾਨੂੰ ਸਾਰਿਆਂ ਨੂੰ ਗੁਰਸਿੱਖਾਂ ਨੂੰ ਸੰਤ ਸਫਾਈ ਬਣਾਇਆ ਹੈਗਾ। ਇੱਕੋ ਹੀ ਗੱਲ ਵਿਸ਼ੇ ਸਿੱਖਾਂ ਵੀ ਮਨੁੱਖਤਾ ਦੀ ਆਪਾਂ ਸੇਵਾ ਕਰਨੀ ਹੈ।
ਤੇ ਸੋਹਣਾ ਸਮਾਜ ਆਉਣਾ ਹੈਗਾ ਜੇ ਕਿਤੇ ਅਸੀਂ ਉੱਥੇ ਪਹਿਰਾ ਦਿੰਦੇ ਹੁੰਦੇ ਨਾ ਤੇ ਇਹ ਸਮਾਜ ਜਿਹੜਾ ਸੀ ਆਹ ਜਿਹੜਾ ਸਟੇਟਾਂ ਸੀ ਨਾ ਲਾਗੇ ਲਾਗੇ ਇਹ ਯੂਰਪ ਬਣਿਆ ਹੋਣਾ ਸੀ ਇਹ ਸਾਡੀਆਂ ਅਸੀਂ ਉੱਥੇ ਖੜੇ ਰਹਿ ਗਏ ਮੱਥਾ ਜੁੱਟੇ ਲੈਂਦੇ ਹਾਂ ਮੰਦਰ ਵੀ ਜਾ ਹੁੰਦੇ ਆ ਹੋਰ ਆਪ ਜਿੱਥੇ ਜਾ ਸਕਦੇ ਉੱਥੇ ਵੀ ਜਾਣੇ ਹੈਗੇ ਹਾਂ ਪਰ ਜੇ ਪਹਿਰਾ ਦੇਣ ਦੀ ਗੱਲ ਆਉਂਦੀ ਆ ਉੱਥੇ ਅਸੀਂ ਨਹੀਂ ਹਾਂ ਉਹ ਆਪਣੇ ਫਰਜ਼ ਸਾਹਮਣੇ ਹੁੰਦੀ ਆਪਾਂ ਨਹੀਂ ਪਾ ਰਹੇ ਹੈਗੇ ਅਤੇ ਸਾਰੇ ਪੰਜਾਬ ਵਾਸੀਆਂ ਨੂੰ ਵੀ ਬਾਹਰ ਵੀ ਇਹ ਬੇਨਤੀ ਹੈਗੀ ਆ ਕਿ ਆਪਾਂ ਨਾਲ ਮਿਲ ਕੇ ਕੋਸ਼ਿਸ਼ ਕਰੀਏ ਅਤੇ ਅੰਦਰ ਆਪਾਂ ਸਿੱਖ ਕੌਮ ਦਾ ਨਾਮ ਉੱਚਾ ਹੋਵੇ ਕੋਈ ਵੱਡੇ ਇਕੱਠ ਕਰਨ ਦੀ ਲੋੜ ਨਹੀਂ ਕਿ ਹੁਣੇ ਅਕਾਲ ਤਖ਼ਤ ਨੂੰ ਵੀ ਫੈਸਲਾ ਦਿੱਤਾ ਹੈਗਾ ਉਹਨਾਂ ਨੇ ਵੀ ਜਿਹੜੇ ਸਮਾਗਮ ਸਾਡੇ ਖਾਲਸਾ ਸਾਜ ਹੁੰਦੇ ਸਾਰਿਆਂ ਨੂੰ ਉਹ ਆਪਾਂ ਕੋਸ਼ਿਸ਼ ਕਰਨੀ ਆ ਘਰਾਂ ਦੇ ਵਿੱਚ ਅਰਦਾਸ ਕਰਨੀ ਹੈ ਅਤੇ ਮੈਂ ਤਾਂ ਚਾਹੁੰਦਾ ਹਾਂ ਵੀ ਇਹ ਸਾਰਾ ਹਫ਼ਤਾ ਨਾ ਸਾਨੂੰ ਹੋਰ ਸੇਵਾ ਕਰਨੀ ਚਾਹੀਦੀ ਹੈਗੀ ਆ ਅਸੀਂ ਬਾਹਰ ਮਹਿੰਦਰ ਸਿੰਘ ਸਾਹਿਬ ਗੁਰਦੁਆਰੇ ਸੇਵਾਦਾਰ ਹੈਗੇ ਹਾਂ ਅਤੇ ਸਾਡੇ ਜਿਹੜਾ ਸਮਾਗਮ ਆਉਂਦਾ ਨਾ ਸਾਰੇ ਇਲਾਕੇ ਦੀ ਪ੍ਰਬੰਧਕ ਅਤੇ ਨਿੱਕੇ ਨਿੱਕੇ ਬੱਚੇ ਸੇਵਾ ਸਫਾਈ ਕਰਦੇ ਆ ਤਾਂ ਜੋ ਲੋਕਾਂ ਨੂੰ ਚੰਗਾ ਮੈਸੇਜ ਆਵੇ ਵੀ ਇਹ ਬੜੀ ਕੌਮ ਜਿਹੜੀ ਹੈਗੀ ਕਿੰਨਾ ਯੋਗਦਾਨ ਪਾ ਰਹੀ ਹੈ ਅਗਰ ਸਫਾਈ ਹੁੰਦੀ ਵੀ ਬਹੁਤ ਹੈ ਉੱਥੇ ਫੀ ਵੀ ਪਾਉਂਦੇ ਆ ਵੀ ਨਹੀਂ ਅਤੇ ਹੁਣ ਸਾਡੇ ਵੀ ਉੱਥੇ ਆਪਾਂ ਇੱਥੇ ਸੇਵਾ ਕਰ ਲੈਂਦੇ ਸਾਡਾ ਡਰਬੀ ਦੇ ਵਿੱਚ ਸਾਡਾ ਕੱਟ ਹੈ ਥੋੜ੍ਹੇ ਹਿੱਸਾ ਲੈਂਦਾ ਵਿੱਚ ਉਹਦੇ ਹਰੇਕ ਐਤਵਾਰ ਨੂੰ ਸੈਂਕੜੇ ਬੰਦਿਆਂ ਦਾ ਉਹ ਗੁਰਦੁਆਰਾ ਸਾਹਿਬ ਉਹ ਪ੍ਰੋਪਰ ਫੂਡ ਬਣਾਉਂਦੇ ਆ ਫਿਰ ਪੈਕਿੰਗ ਕਰਦੇ ਆ ਅਤੇ ਜਿਹੜੇ ਜਾਣੇ ਜਾਣੇ ਉੱਥੇ ਲੋਕ ਉਹ ਨਹੀਂ ਖਾਣ ਦੀ ਹੈਗੀ ਅਤੇ ਹੋਰ ਜੀਵਨ ਕਈ ਸਾਲਾਂ ਤੋਂ ਉੱਥੇ ਹੋਰ ਸੰਸਥਾਵਾਂ ਹਰੇਕ ਸ਼ਹਿਰ ਵੀ ਕਰਦੀਆਂ ਅਤੇ ਸਾਡੇ ਸ਼ਹਿਰ 'ਚ ਵੀ ਸਾਡੇ ਗੁਰਦੁਆਰਾ ਸਾਹਿਬ ਸੇਵਾ ਹੁੰਦੀ ਹੈਗੀ ਆ ਹੁਣ ਵੀ ਮੈਂ ਦੇਖਿਆ ਤੁਹਾਡੇ ਉਹ ਵੀ ਉੱਥੇ ਸਾਡੇ ਦੋ ਵੱਡੇ ਗੁਰਦੁਆਰੇ ਆ ਅਤੇ ਚਾਰ ਗੁਰਦੁਆਰੇ ਆ ਅਤੇ ਉਹ ਹਰੇਕ ਹਫ਼ਤੇ ਹੀ ਉਹ ਜਿਹੜਾ ਉੱਥੇ ਕਹਿੰਦੇ ਸਰ ਵੱਡਾ ਹੋਸਪਿਟਲ ਆ ਉੱਥੇ ਫੂਡ ਪ੍ਰੋਪਰ ਪੈਕਿੰਗ ਕਰਕੇ ਅਤੇ ਉੱਥੇ ਦੇ ਕੇ ਆਉਂਦੇ ਹੈਗੇ ਆ ਜਿਹੜੇ ਵੱਡੀ ਪੱਧਰ ਦੇ ਮਰੀਜ਼ ਹੈਗੇ ਆ ਅਤੇ ਆਪਣਾ ਯੋਗਦਾਨ ਪਾ ਰਹੇ ਹੈਗੇ ਆ ਉੱਤਰ ਦੇ ਹੀ ਕਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਪੰਜ ਦਾ ਬੋਲਬਾਲਾ ਹੈਗਾ ਕਰਕੇ ਸਭ ਬੋਲੀਆਂ ਜੋ ਬਾਪੂ ਮੈਂ ਉਹਨਾਂ ਨੂੰ ਪਹਿਰਾ ਦਿੰਦੇ ਆ ਸਭੀ ਪੂਜੀਆਂ ਲੈ ਹੈਗੇ ਆ ਇੱਥੇ ਉਹ ਨਹੀਂ ਆਪਾਂ ਮੈਨੂੰ ਕਹਿਣਾ ਹੀ ਪੈ ਰਿਹਾ ਹੈਗਾ ਉਹ ਅਸੀਂ ਡਿਊਟੀ ਨਹੀਂ ਨਿਭਾਈ ਹੈਗੀ ਜਿਹੜੇ ਸਾਡੇ ਤੋਂ ਥੋੜ੍ਹੇ ਜਿਹੇ ਵੀਕ ਸੀ ਕਮਜ਼ੋਰ ਸੀ ਅਸੀਂ ਉਹਨਾਂ ਨੂੰ ਗਲੇ ਲਾਉਣਾ ਸੀ ਨਹੀਂ ਲਾਇਆ ਨਰਮਲ ਸੋਹਣੇ ਨੂੰ ਚਟਾਈ ਕਰ ਗਏ ਹੈਗੇ ਆ ਜੋ ਉੱਥੇ ਵੀ ਜੋ ਕੁਛ ਹੋਇਆ ਹੈਗਾ ਵਿਚਾਰਾ ਉਹਨੇ ਕਰਦੇ ਸੀ ਇਹਦੇ ਨਾਲ ਵੀ ਜੋ ਪਿੰਡ ਵਾਸੀਆਂ ਨੇ ਕੀਤਾ ਉਹ ਬਿਲਕੁਲ ਗਵਰਨਮੈਂਟ ਦੇ ਆਰਡਰ ਕੀਤਾ ਉਹਨੇ